हाँ जी, सत श्री अकाल जी। इत्थे कबड्डी का महाकुंभ हो रहा, तो तैयारी हो रही है ग्राउंड की, पानी छिड़क जा रहे हैं मुंडे। तो सत्कारयोग मैंबर कर रहे ने, नियम भी ग्राउंड बना रहे ने, तो पूरी तैयारी है। जानकारी लेने कुछ मैंबर फैलते हैं। की हाल है बब्बी बराड़ जी? तैयारी करी जाने फिर टूरनामेंट की जी। ਕਿੱਥੋਂ ਕਿੱਥੋਂ ਆ ਰਹੀਆਂ ਟੀਮਾਂ ਜੀ? ਟੀਮਾਂ ਬਾਈ ਜੀ ਮੇਜਰ ਲੀਗ ਦੀਆਂ ਚਾਰ ਟੀਮਾਂ, ਮੇਜਰ ਲੀਗ ਦੀਆਂ ਚਾਰ ਨੌਰਥ ਦੇ ਵਿੱਚੋਂ ਆ ਰਹੀਆਂ। 80 ਦੇ ਵੇਟ ਆ ਅਤੇ 75 ਦਾ, 58 ਕਿਲੋ ਦੇ ਆ। ਠੀਕ ਹੈ ਜੀ। ਅਤੇ ਪਹਿਲਾਂ ਨਾਲੋਂ ਕੀ ਬਾਈ ਵੱਖਰਾ ਕੀਤਾ ਗਿਆ? ਮੈਂ ਪਹਿਲਾਂ ਵੀ ਟੂਰਨਾਮੈਂਟ ਉਹਦੇ ਨਾਲ ਕੋਈ ਵੱਖਰਾ ਕੀਤਾ ਗਿਆ ਕਿ ਅੰਤਰਰਾਸ਼ਟਰੀ ਪਲੇਅਰ ਸਾਰੇ ਆ ਰਹੇ ਆ? ਅੱਛਾ, ਟੋਟਲ ਸਾਰੇ ਜਿਵੇਂ ਕਿ ਜਿਹੜੇ ਜਿਹੜੇ ਵਿਦੇਸ਼ਾਂ 'ਚ ਖੇਡ ਕੇ ਆਏ ਆ ਮੁੰਡੇ ਸਾਰੇ। ਹਾਂਜੀ ਹਾਂਜੀ। ਅਤੇ ਤਿਆਰੀ ਹੋ ਰਹੀ ਹੈ ਬਾਈ? ਤਿਆਰੀ ਪੂਰੀ ਜ਼ੋਰਾਂ 'ਤੇ ਚੱਲ ਰਹੀ ਆ। ਅਤੇ ਪਾਣੀ ਛਿੜਕੀ ਜਾਂਦੇ ਗਰਾਊਂਡ ਦਾ, ਗਰਾਊਂਡ ਫਿਰ ਵਾਹ ਤਾਂ ਸਹੀ ਬਣ ਗਿਆ ਬਾਈ? ਗਰਾਊਂਡ ਸਹੀ ਬਣ ਗਿਆ, ਹਜੇ ਇਹਦੇ 'ਚ ਇੱਕ ਵਾਰੀ ਸੁਹਾਗਾ ਸੁਹਾਗਾ ਮਾਰ ਕੇ ਥੋੜ੍ਹਾ ਜਿਹਾ ਪੋਲਾ। ਅੱਛਾ, ਪਾਣੀ ਛਿੜਕ ਤੋਂ ਦੁਬਾਰੀ ਹੋ ਗਈ। ਠੀਕ ਹੈ ਜੀ। ਅਤੇ ਫਿਰ ਆਪਣਾ ਵੀਰਵਾਰ ਬਾਈ ਕਿੰਨੇ ਵਜੇ ਚੱਲ ਪੈਣੇ ਟੂਰਨਾਮੈਂਟ ਬਾਈ? ਇਹ ਸੁਬਾਹ 9 ਵਜੇ ਤੋਂ ਮੈਚ ਸ਼ੁਰੂ ਹੋ ਜਾਣੇ ਬਾਈ ਜੀ। ਅੱਛਾ, 9 ਵਜੇ ਨੂੰ ਹੋ ਜਾਣੇ। 9 ਵਜੇ ਨੂੰ ਹੋ ਕੇ ਅਤੇ 75 ਦੇ ਜਿਹੜੇ ਆਪਣੇ 55 ਕਿਲੋ ਦੇ ਪਹਿਲੇ ਦਿਨ ਹੋਣੇ ਆ, ਉਹਦੇ ਵਿੱਚ ਜਿਹੜਾ ਹੈਗਾ ਆਪਣਾ, ਉਸ ਤੋਂ ਬਾਅਦ 80 ਕਿਲੋ ਦੇ ਮੈਚ ਚੱਲਣੇ। ਅਤੇ ਕਬੱਡੀ ਤੋਂ ਇਲਾਵਾ ਹੋਰ ਵੀ ਕੋਈ ਮਨੋਰੰਜਨ ਦੇ ਖੇਡਾਂ ਰੱਖਾਂਗੀਆਂ ਬਾਈ ਜੀ? ਹਾਂਜੀ ਹਾਂਜੀ, ਕੋਈ ਵੀ ਗੇਮਾਂ ਜਿਹੜੀਆਂ ਆਪਣੀਆਂ ਵਿਰਾਸਤੀ ਗੇਮਾਂ ਉਹਨਾਂ ਰੱਖਾਂਗੀਆਂ। ਅਤੇ ਸਾਡੇ ਸਤਿਕਾਰਯੋਗ ਬੰਦੇ ਹੋਰ ਵੀ ਫਿਰਦੇ ਨੇ, ਅਤੇ ਵੀਰ ਪਾਣੀ ਛਿੜਕੀ ਜਾਂਦੇ ਨੇ, ਅਤੇ ਨਾਲ ਦੀ ਨਾਲ ਤੁਹਾਨੂੰ ਅਪਡੇਟ ਦਿੰਦੇ ਜਾਵਾਂਗੇ ਗਰਾਊਂਡ ਦੀ।